Okay, okay. अस्सलाम वालेकुम जी, क्या हाल चाल ने? तबीयत ठीक है, उम्मीद है खैर खरीत ना सो। अज का मजेदार नवा व्लॉग करन दे पे शुरू। तकरीबन जी बारिश है, चार चपेरे माशाल्लाह जी। चेक करो उपरो, चेक करो थलो, जमीन ते बैठे दे की हालात ने ते उपर बदला दे की हालात ने। बदल बरसने ने, असि खा रहे हैं अरबी दा जी सालन ने। तकरीबन ਲਿਆਂਦਾ ਮਸਾਇਆ ਵੱਲੋਂ, ਕਿਉਂਕਿ ਸਾਡੇ ਨਾ ਪਿੰਡ ਵਿੱਚੋਂ ਜਿਹੜੀ ਹਰ ਚੀਜ਼ ਦਾ ਨਰਾਬ ਪੈਂਦੀ ਹੈ ਲਾਗੇ ਚੀ। ਅਤੇ ਪਹਿਲਾਂ ਵਾਲਾ ਖਾਂਦੇ ਹਾਂ ਅਰਬੀ ਅਤੇ ਆਲੂ ਦਾ, ਮਾਸ਼ਾ ਅੱਲਾ ਜੀ ਖਾਣਾ ਚਾਹੁੰਦੇ ਹੋ ਅਤੇ ਆਓ ਸੱਤ ਵੀ ਸਮਿਲਾ ਜੀ, ਮਿਲ ਕੇ ਖਾਂਦੇ ਹਾਂ, ਇਕੱਠੇ ਖਾਂਦੇ ਹਾਂ। ਮੈਂ ਖਾਂਦਾ ਹੀ ਪਿਆ, ਅੰਮੀ ਸਾਹਿਬ ਖਾਂਦੇ ਪਏ। ਬਿਸਮਿਲਾ, ਜਿਹੜਾ ਮਾਲਕ ਦੇਵੇ ਸ਼ੁਕਰ ਅਲਹਮਦੁਲਿਲਾ। ਕਿਹਾ ਤਾਂ ਲੱਗ ਰਿਹਾ ਬਾਰਿਸ਼ ਦੇ ਵਿੱਚ ਖਾਣਾ ਮਿੰਟ ਬਾਅਦ ਖਲੋ ਜਾਂਦੀ, ਮਿੰਟ ਬਾਅਦ ਫਿਰ ਉਵੇਂ ਚਾਲੂ ਹੋ ਜਾਂਦੀ ਹੈ। ਅੱਜ ਤਾਂ ਅਲੱਗ ਹੀ ਨਜ਼ਾਰਾ, ਇਹਨੂੰ ਚੈੱਕ ਕਰੋ ਜੀ, ਬਿਲਕੁਲ ਸੂਰਜ ਨਿਕਲਣ ਵਾਲਾ ਅਤੇ ਇਹਨੂੰ ਬਾਰਿਸ਼ ਵਾਲਾ ਬਿਜਲੀ ਜੁੜਿਆ ਖਲਾ। ਅਤੇ ਕਹਿੰਦੇ ਨੇ ਕਿ ਸੂਰਜ ਔਰ ਬਾਰਿਸ਼ ਇਕੱਠੀ ਪਵੇ ਤਾਂ ਪਤਾ ਨਹੀਂ ਕੀ ਹੁੰਦਾ, ਦੁਆ ਮਨਜ਼ੂਰ ਹੁੰਦੀ। ਅੱਛਾ ਜੀ, ਬਾਰਿਸ਼ ਪਾਉਂਦੀ ਪਈ ਹੋਵੇ, ਸੂਰਜ ਨਿਕਲਿਆ ਹੋਵੇ, ਹਾਂਜੀ, ਜਿਹੜੀ ਦੁਆ ਮੰਗੋ ਮਨਜ਼ੂਰ। ਹਾਂਜੀ, ਇਹ ਦੇਖੋ ਜੀ, ਮੋਟਾ ਬਣਾਇਆ ਨਾ, ਇਹਨਾਂ ਬਰੀਕ ਹੈ, ਆਹ ਕਿੱਲੀ ਪਾ ਠੀਕ ਰਵੇਗੀ। ਖੋਰ ਖੋਰ ਇਹਨੂੰ ਦੂਜੀ ਤਰਫ ਪਲਾਸ ਪਾ, ਚਲੋ ਇਵੇਂ ਖੋਰ। ਤੈਨੂੰ ਪਹਿਲਾਂ ਨਹੀਂ ਸਮਝ ਆਈ, ਮੈਂ ਕਰ ਲਾਂ, ਮੇਰੀ ਜ਼ਿਹਨ 'ਚ ਨਹੀਂ ਆਈ ਇਹ ਗੱਲ, ਇਸੇ ਗੱਲੋਂ ਤੂੰ ਮੈਂ ਮੈਨੂੰ ਇਹਨਾਂ ਤਾਂ ਬੰਦਾ ਆਪ ਮਿਸਤਰੀ ਬਣ ਜਾਣਾ, ਮਰ ਜਾਣਾ, ਹੋਰ ਬਣ ਜਾਣਾ, ਇੱਕ ਦਿਨ ਖੋਲ ਬੜੇ ਕਸਤਾ ਮੇਰੀ ਮਸਲਾ ਵੱਡਾ। ਹਾਂ ਚਾਰ ਜੀ ਪਾਓ ਜੀ ਟਸ, ਕਿੰਨੀ ਕੁ ਦੇਣੀ ਹੈ? ਕਿਵੇਂ ਭਾਈ, ਬਸ ਠੀਕ ਹੈ, ਹੱਥ ਨਾਲ ਕਾਲੀ ਕਰ, ਹੱਥ ਨਾਲ ਕਰ ਰੱਖੋ ਯਾਰ, ਚਲ ਸਹੀ ਹੈ ਨਾ, ਬਸ ਠੀਕ ਨਹੀਂ, ਤੂੰ ਟਸ ਤਾਂ ਕਸ ਲਾ, ਸਾਰੀ ਟਸ ਕਸ, ਛੱਲਾ ਬਾਹਰ ਕੱਢ, ਇਹਨੂੰ ਬਾਹਰ ਕੱਢ, ਕਾਲਾ ਪਾ ਗਾ, ਕਾਲੇ ਕੋਰ ਹੈ, ਨਹੀਂ ਕਾਲਾ ਬਸ ਇੱਕੋ ਹੀ ਰਹਿ ਜਾਂਦਾ, ਚੱਲ ਡਬਲ ਕਰਦੇ, ਡਬਲ ਕਰਦੇ, ਚਲੋ ਇੱਦਾਂ ਕਰ, ਵਾਸ਼ਲਾਂ ਨਹੀਂ ਦੋਏ ਕਲੀਨ ਆਉਂਦੀਆਂ, ਇੰਕ ਦੇ ਨਹੀਂ ਹੁਣ ਇੱਕ ਗੱਤੇ ਨਾਲ ਗੋਲ, ਚਲੋ ਸਪਰਿੰਗ ਨਾ ਬਣ ਆ ਗਿਆ, ਸਪਰਿੰਗ ਪਾ ਲਾ, ਆ ਚਾਟ ਪਤਰੀ ਨੂੰ ਨਵੀਂ ਲੱਗਣੀ, ਨਵੀਂ ਲਾਉਣੀ ਹੈ, ਕਾਬਲਾ ਨਟ ਵੀ ਨਵਾਂ ਲਾਉਣਾ ਹੈ, ਆ ਫੱਦ ਨਾ ਨਟ ਫੜਨ ਲੱਗ ਸੀ ਤੇ, ਨਹੀਂ ਨਵਾਂ ਲਾਉਣਾ ਆਪਾਂ, ਦੇ ਹੈ ਕਿਤੇ ਨਟ, ਤੇ ਨਾ ਨਟ ਵੀ ਨਹੀਂ ਲੱਗਣਾ, ਪਿਆ ਪਿਆ ਮੈਂ ਤੇਰੇ ਕੋਲ ਰੱਖਿਆ ਹੈ, ਸਿੱਧਾ ਨਾ ਸਿੱਧਾ ਚੁੜੀ,
पुराना लगना नवा क्यों लगना वो फिरदा पे दुबे भी लाओ ज्ञान तेरी खराब होया ज्ञान सही है दाव बड़े में खोल दिया जा मैं कह दिया ज्ञान खराब हो गया ना इतना बड़ा में खोल अजय टास लगनी है ना नाल टास खोल तू नट खोल ना निक्का निक्का खोल पाले अरे कसला है कास अगर कास टास लगे बद्दी नहीं खड़ा बैक कमला अगर कास है ना कसी है ना ਹੁਣ ਤਾਂ ਜਾ ਬਸ ਹੁਣ ਤਾਂ ਜਾ ਉਹ ਤਾਂ ਜਾ ਨਹੀਂ ਲੱਗਿਆ ਜੇ ਇਹਨੂੰ ਲਾਇਆ ਠਾ ਹੋਰ ਕਸ ਕੱਸੀ ਜਾਣੀ ਨਾ ਲੱਗ ਗਈ ਇਹ ਲੱਚਕ ਵੇਖ ਲੱਚਕ ਆਈ ਅਗਾ ਪਿੱਛਾ ਕਰੋ ਉਸ ਹੋ ਜਾ ਹੋਰ ਕਾਸ ਹੋਰ ਕਾਸ ਮੈਂ ਕਿੱਡੀ ਗਲਤੀ ਕਰ ਕੀ ਹੋਇਆ ਕਿਲ ਤੋਂ ਉਹ ਠੀਕ ਰਹਿ ਜਾਣਾ ਯਾਰ ਕੀ ਹੋਇਆ ਕਿਵੇਂ ਜਨ ਗੁੰਮ ਕਿਵੇਂ ਤੇਰਾ ਜਨ ਗੁੰਮ ਗਿਆ ਮੈਂ ਤੇਰਾ ਕੰਮ ਗੇੜਦਾ ਜਾ ਕੋਲ ਨੂੰ ਮੋੜ ਚੱਲ ਚਾ ਟਾਸ ਬਣ ਗਈ ਜਿੱਥੇ ਮਰਜ਼ੀ ਗੇੜ ਰੱਖ ਯਾਰ ਮਿਸਤਰੀ ਚੰਗਾ ਉਸਤਾਦ ਬਾਜ ਨਹੀਂ ਰਾਤ ਤੇ ਆਉਂਦੇ ਦੁੱਧਾ ਬਾਜ ਨਾ ਪਕਦੀ ਕੀਰ ਸੇ ਮੈਂ ਪਤਾ ਕਰਦਾ ਥੱਲੇ ਛਾੜੇ ਕਰਨ ਕਾਸ ਕੇ ਮਿਲਦੇ ਦੇ ਇਹ ਮਸਾ ਢਿੱਲਾ ਕਰਨਾ ਕੋਈ ਨਹੀਂ ਆਇ ਕਸੋ ਨਾ ਮੇਰੇ ਜੀ ਨਹੀਂ ਕੋਈ ਮੈਂ ਕਸੋ ਤੇ ਸਾਰੇ ਚੱਲਣੇ ਨੇ ਇਹ ਲੋ ਗੋਡ ਰੱਖਦਾ ਰਵਾ ਤੇ ਰਵਾ ਜਾ ਗਰਮ ਪਾਣੀ ਪੂਣ ਲਿਆ ਮੋੜ ਹੈ ਮੋੜ ਸੈਟ ਨਾ ਹੋ ਜਾਵੇਂ ਮਿਸਤਰੀ ਤੂੰ ਉਹ ਵੈਲਡ ਕਰਾ ਲਵਾਂ ਉਹ ਠੀਕ ਹੀ ਹੈ ਯਾਰ ਉਹ ਸਹੀ ਉਹਨੂੰ ਵੈਲਡ ਕਰਾ ਕੇ ਕਰਨਾ ਤੂੰ ਪੱਟੀ ਨਹੀਂ ਗਈ ਪੱਥਰੀ ਪੱਥਰੀ ਨੂੰ ਠੋਕ ਲਈ ਨੇ ਨਹੀਂ ਵੈਲਡ ਹੋਣੀ ਮੇਰੀ ਬੱਸ ਹੋਈ ਚੱਲ ਕੰਮ ਖਰਾਬ ਕਰ ਦਿੱਤਾ ਤਕਰੀਬਨ ਹਾਂਜੀ ਅਤੇ ਅਸੀਂ ਨਾ ਟੂਵਲ ਚਲਾਇਆ ਥੱਲੋਂ ਨਾਲ ਫਟ ਗਈ ਆ ਪਟਾ ਜੀ ਗੱਲ ਆ ਚੱਲ ਬਈ ਅੱਗੇ ਤਾਂ ਟਸ ਨਹੀਂ ਪੈਂਦੀ ਟਸ ਪਾਈ ਟਸ ਤੋਂ ਬਾਅਦ ਪਟਾ ਹੀ ਗਿਆ ਹੋਰ ਯਾਦ ਜਿੰਨਾ ਬਿਲਕੁਲ ਕਾਲੇ ਹੋ ਗਏ ਨੇ ਫਿਰ ਜਿਹਨਾਂ ਇੱਥੇ ਧੋਨੇ ਆ ਸਾਫ ਕਰਨੇ ਆ ਜੋ ਕਹਿਟੀਏ ਉਵੇਂ ਜੀ ਸੂਰਜ ਟਰੈਕ ਸਾਹਮਣੇ ਆ ਗਿਆ ਮੈਂ ਥੱਲੇ ਬੈਗ ਖਾਂਦਾ ਪਿਆ ਅਮਰੂਦ ਸੂਰਜ ਥੱਲੇ ਇਸ ਗਰਮੀ ਦੇ ਵਿੱਚ ਸ਼ਾਵਾ ਸ਼ਾਵਾ ਨਾ ਨਾ ਤੇਰਾ ਦਿਮਾਗ ਸੈੱਟ ਹੋਵੇ ਚਾਵੀ ਵਾਧੂ ਪਈਆਂ ਨੇ ਇਹਨੂੰ ਆ ਪਿਆਰ ਨਾਲ ਲਿਆ ਖੋਲ ਮੋੜੇ ਤੇਰਾ ਪਿੱਟ ਚੱਲਣਾ ਮੁੰਜੀ ਤੇਰੀ ਵੇ ਸੁੱਕਦੀ ਪਈ ਮਿਸਤਰੀ ਦੇ ਪਾਲੇ ਪਤਾ ਕਰ ਵੈਲਡਿੰਗ ਵਾਲੇ ਦਾ ਹੈਲੋ ਚਲੋ ਇਹਨੂੰ ਖੋਲ ਮੋੜ ਇਹ ਗਰਮੀ ਤੈਨੂੰ ਬੜੀ ਲੱਗਦੀ ਹੈ ਸਾਰਾ ਕਾਰੋਬਾਰ ਕੀਤਾ ਲੇਕਿਨ ਜਿਹੜਾ ਨਾ ਦੂਸਰਾ ਦਾ ਨਾਂ ਕੀ ਹੈ
पाइप हो गया फट तकरीबन जेना थले नाल होंदी ना टूबल जेड़ा पानी बाहर नहीं दिंदी क्योंकि इतने जेना खूह काफ़ी सारे डूंगे हैं ते वो खराब होगी तकरीबन हो जाना बनवावन जाएंगे उन्होंने मैं मशवरा दिता कि एक ले लिया मैगज मैगज लैके तो पहले वो जेना जो उन्हें खुशक होता है खुशक हो जाएगा उस तो बाद मैगज लै के उन्होंने रला के उपर ला देवी तो उत्ते टूब बन दे वो जेना नहीं होंगे ये मैं गल जो करती है और पता नहीं इस गल पर अमल करता है या नहीं करता जेना पीटर का काम से ना वह मैं जो माड़ा मोटा गया वह करता मैं हासा भी आता पाया तो गुस्सा भी आता कि यकदम पटा डिग गया नाल खराब हो गए। देखो जी एक मुर्गा है तो तकरीबन जी चार पाँच मुर्गियां नहीं फिरता देख लो जी तो है जी ब्लैक चिकन है तकरीबन जी बिल्कुल ब्लैक इन्हें भी शक पैंदा बिचों अंडे भी जन्ना ब्लैक ही होंदे ने मूँह भी काला पैर भी काले यानी कि सारी मुर्गी काली है काली वाला तेरे अंडे खाव तलाल माल है दोवें फकर के मैंने पुन के राज बिरयानी पाया वे तो वाटा जी प्लान होया कि आज ना बनाई जावे बिरयानी तकरीबन जी जड़ी है ना आलू तो बताऊ वाली वो यानी कि दूसरी वीडियो जो ना इंशाल्लाह आवेगी पहली वीडियो च ना मुर्गे ही आ रहे हैं अजाना देंगे फिर पिछे और जी टाइम हो गया ढाई का अम्मा साहब गई पिंड च पता नहीं की करेंगे ये मैंने समझ सुर नहीं है कोई घरेलू मामला थी होना एवं तमी जाने ना घरों कदे भी नहीं निकली जी हाँ बाबा चस करा दे ना कर भी ला साले इतने खिलाइए जी हूँ इस वीडियो का मकसद जेना वो इको है कि है कि जेना ये थोड़ा मैं दिखाया कि मैं जेना काम की करना पीटरिंगल का यानी कि अज हुई सी टस खराब यानी कि जी किले होंगी जिन्हें स्टार्ट करना होंगे जेडे पिंड रहना उन्होंने तो पता लेकिन जेना शहर से रहना उन्होंने नहीं पता होना इस गल का तकरीबन जी इस विलाग करने इतने एंड तो नैक्सट विलाग मिलेंगे किसी से विलाग कर रहा भाई के लिए अपना बहुत सारा ख्याल रखना है बख्तू दुआ जरूर याद रखना तब तक के लिए अल्लाह हाफिज़।